तेनू वास्ता ही अपने यारां दा
ਦਾ ਸਿਸ਼ਕ ਦਾ ਦਾਰੂ ਕੀ ਹੈ ਨਹੀਂ ਤੇ ਯਾਰ ਮਲਾ ਨਹੀਂ ਤੇ ਮਾਰ ਮੁਕਾਬਲ ਇਸ ਦੁਨੀਆ ਤੋਂ ਲੈਣਾ ਕੀ ਹੈ ਇਸ਼ਕ ਨਾ ਡਰਦਾ ਮੌਤ ਕੋਲੋਂ ਭਾਵੇਂ ਸੂਲੀ ਚੜ੍ਹਦਾ ਹੀ ਪੈ ਜਾਵੇ ਨੱਚ ਨੱਚ ਕੇ ਯਾਰ ਮਲਾ ਲੈਂਦਾ ਭਾਵੇਂ ਕਦਰੀ ਬਣਨਾ ਹੀ ਪੈ ਇਹ ਬੁੱਢੇ ਸ਼ਾਹ ਨੱਚ ਕੇ ਮਨਾਏ ਕਹਿੰਦੇ ਲੋਕ ਪੰਜ ਨਮਾਜ਼ਾਂ ਪੜ੍ਹਦੇ ਸਾਰਾ ਦਿਨ ਵਿੱਚ ਵਿਹਲੇ ਲੋਕ ਪੰਜ ਨਮਾਜ਼ਾਂ ਪੜ੍ਹਦੇ ਤੇ ਸਾਰਾ ਦਿਨ ਵਿੱਚ ਵਿਹਲੇ ਫਿਰਦੇ ਆਸ਼ਕ ਦਮ ਦਮ ਦੇ ਨਾਲ ਪੜ੍ਹਦੇ ਭਾਵੇਂ ਤੇਗ ਤਲੀ ਸਿਰ ਲੈ ਜਾਵੇ ਇਸ਼ਕ ਨੂੰ ਡਰਦਾ ਮੌਤ ਕੋਲੋਂ ਭਾਵੇਂ ਸੂਲੀ ਚੜ੍ਹਨਾ ਪੈ ਜਾਵੇ ਨੱਚ ਨੱਚ ਕੇ ਯਾਰ ਮਨਾ ਲੈਂਦੇ ਭਾਵੇਂ ਕਦਰੀ ਬਣਦੇ ਪੈ ਪੰਜ ਵੇਲੇ ਲੋਕ ਆਸ਼ਕ ਹਰ ਵੇਲੇ ਲੋਕ ਮਸੀਤੀ ਤੇ ਆਸ਼ਕ ਕਦਮਾਂ ਵਿੱਚ ਆਸ਼ਕ ਵਕਤ ਕਜ਼ਾ ਨਹੀਂ ਕਰਦੇ ਆਸ਼ਕ ਵਕਤ ਕਜ਼ਾ ਨਹੀਂ ਕਰਦੇ ਭਾਵੇਂ ਕਾਫਰ ਬਣਨਾ ਪੈ ਜਾਵੇ ਇਸ਼ਕ ਨੂੰ ਡਰਦਾ ਮੌਤ ਕੋਲੋਂ ਭਾਵੇਂ ਸੂਲੀ ਚੜ੍ਹਨਾ ਪੈ ਜਾਵੇ ਨੱਚ ਨੱਚ ਕੇ ਯਾਰ ਮਨਾ ਲੈਂਦੇ ਭਾਵੇਂ ਕਦਰੀ ਬਣਨਾ ਪੈ ਜਾਵੇ ਕਿਉਂਕਿ ਯਾਰ ਨੂੰ ਮਨਾਉਣਾ ਹੀ ਤੇ ਬਾਤ ਸੀ ਸਾਡੀ ਇੱਕ ਜਗ੍ਹਾ 'ਤੇ ਲਿਖਿਆ ਸੀ ਜਦੋਂ ਪੀਰ ਬੁੱਲੇ ਸ਼ਾਹ ਦੇ ਯਾਰ ਰੁੱਸ ਗਏ ਅਤੇ ਲੋਕਾਂ ਨੂੰ ਪੁੱਛਦਾ ਕਿੱਦਾਂ ਮਨਾਵਾ ਉਹਨਾਂ ਕਿਹਾ ਜਾ ਰਹੇ ਇਸ ਤਰ੍ਹਾਂ ਕਹਿੰਦਾ ਫਕੀਰਾਂ ਦੀ ਖੁਰਾਕ ਹੈ ਜਾਂ ਗਾਇਨ ਜਿਹੜਾ ਹੈ ਜਾ ਕੇ ਗਾਉਣਾ ਸਿੱਖ ਸੰਗੀਤ ਦੇ ਆਸ਼ਕ ਨੇ ਇਹਦਾ ਤੇਰਾ ਯਾਰ ਮੰਨ ਸਕਦਾ ਹੋਰ ਨਹੀਂ ਮੰਨ ਸਕਦਾ ਪੀਰ ਬੁੱਲੇ ਸ਼ਾਹ ਨੇ ਪੁੱਛਿਆ ਕਿੱਥੇ ਜਾਵਾਂ ਕਹਿੰਦੇ ਕਹਿੰਦਾ ਕਸੂਰ ਚਲਾ ਜਾ ਉੱਥੇ ਕੰਜਰ ਰਹਿੰਦੇ ਨੇ ਉਹਨਾਂ ਕੋਲ ਗਾਣਾ ਸਿੱਖ ਲੈ ਚੰਡੇ ਅੱਗੋਂ ਮੌਲਵੀ ਮਿਲ ਪਿਆ ਕਹਿਣ ਲੱਗਾ ਬੁੱਢਾ ਕਿੱਧਰ ਚੱਲਿਆ ਕਹਿਣ ਲੱਗਾ ਜੀ ਮੈਂ ਕਸੂਰ ਚੱਲਿਆ ਕਹਿਣ ਲੱਗਾ ਜਾਏ ਪੰਜ ਵਜੇ ਤਾਂ ਨਮਾਜ਼ੀ ਹੋ ਜਾ ਰੋਜ਼ੇ ਰੱਖ ਤੈਨੂੰ ਖੁਦ ਹੀ ਖੁਦਾ ਮਿਲ ਪਏਗਾ ਮੁੱਲਾ ਕਹਿੰਦਾ ਉੱਠ ਖਾ ਬੁੱਲਿਆ ਤੂੰ ਰਾਹ ਕਾਬੇ ਦਾ ਮਲ ਰੱਖ ਰੋਜ਼ੇ ਪੜ੍ਹ ਨਮਾਜ਼ਾਂ ਤੇਰੀ ਮੁਸ਼ਕਲ ਹੋ ਜਾਏ ਹੱਲ ਪੀਰ ਬੁੱਲੇ ਸ਼ਾਹ ਕਹਿੰਦੇ ਮੁੱਲਾ ਕਾਬਾ ਕਾਬਾ ਮਤ ਕਹੋ ਮਲ ਕਾਬੇ ਮੂਲ ਨਾ ਜਾਵਾਂ ਭਗਤ ਰਾਮ ਧਨ ਯਾਰ ਦਾ ਕਾਵਾ ਜਿੱਥੇ ਭੁੱਲੇ ਆਪਣੀ ਬਖਸ਼ਾਵਾਂ ਮੁੰਨਾ ਨਜ਼ਰ ਉਠਾ ਕੇ ਦੇਖ ਲਿਆ ਕਾਵੇ ਵਿੱਚ ਦਿਸਦਾ ਮੇਰਾ ਯਾਰ ਨਹੀਂ ਜਿੱਥੇ ਹਸਤੀ ਮਿਟਾਇਆ ਮਿਟਣੀ ਹੈ ਤਾਂ ਕਾਵਾ ਮੇਰੇ ਦਰਕਾਰ ਨਹੀਂ ਮੁੰਨਾ ਫਸਿਆ ਉਲਟੇ ਝੇੜੇ ਵਿੱਚ ਨਿਗਾਹ ਮਾਰ ਕੇ ਵੇਖ ਇਸ ਵਿਹੜੇ ਵਿੱਚ ਉਸ ਕਾਵੇ ਦੇ ਵਿੱਚ ਕੀ ਲੈਣਾ ਜਿਹਦੇ ਵਿੱਚ ਮੇਰਾ ਦਿਲਦਾਰ ਨਹੀਂ ਮੁੰਨਾ ਨਜ਼ਰ ਉਠਾ ਕੇ ਦੇਖ ਜਰਾ ਕਾਵੇ ਵਿੱਚ ਦਿਸਦਾ ਮੇਰਾ ਯਾਰ ਨਹੀਂ ਭਗਤ ਰਾਮ ਉਹ ਕਾਬਾ ਕਜਾ ਸਮਝਾ ਧਨ ਯਾਰ ਦਾ ਕਾਬਾ ਨਵਾ ਸਮਝਾ ਅੱਖਾਂ ਖੋਲ ਕੇ ਦੇਖ ਨਿਗਾਹ ਭਰ ਕੇ ਵਿੱਚ ਕਾਬੇ ਮੇਰੀ ਸਰਕਾਰ ਨਹੀਂ ਮੁੰਡਾ ਨਜ਼ਰ ਉਠਾ ਕੇ ਦੇਖ ਜਰਾ ਪਰ ਕਾਬੇ ਵਿੱਚ ਦਿਸਦਾ ਮੇਰਾ ਯਾਰ ਇਹਨਾਂ ਨੇ ਯਾਰ ਮਿਲਾ ਲਿਆ ਨਾ ਉਹਨਾਂ ਨੇ ਕਿਹਾ ਸੀ ਕਿ ਯਾਰ ਨਹੀਂ ਮਨਾਉਣਾ ਜਿਹੜਾ ਇਹ ਬਿਲਕੁਲ ਬੜਾ ਔਖਾ ਯਾਰ ਨਹੀਂ ਮੰਨਦਾ ਜਿਸ ਤਰ੍ਹਾਂ ਇੱਥੇ ਅਗਵਾ ਦੀ ਲੋੜ ਹੈ ਨਾ ਜਾ ਕੇ ਇੱਥੇ ਕਚਹਿਰੀ 'ਚ ਤੇ ਜੱਜ ਕਹਿੰਦਾ ਮੈਂ ਤੇ ਤੈਨੂੰ ਮਾਰਦੇ ਨੂੰ ਵੇਖਿਆ ਨਹੀਂ ਬੰਦਾ ਤੇਰਾ ਗਵਾਹ ਕਹਿੰਦਾ ਉਹ ਤੈਨੂੰ ਸੂਲੀ ਚੜ੍ਹਾਉਣ ਡਿਆ ਹੈ ਮੈਂ ਨਹੀਂ ਦੇਖੇ ਇਸ ਵਾਸਤੇ ਪੀਰ ਬੁੱਢੇ ਸ਼ਾਹ ਕਹਿੰਦੇ ਨੇ ਮਹਿਬੂਬ ਦੇ ਰੁਸਤਾ ਤੇ ਢੋਈ ਨਹੀਂ ਹੁੰਦੀ ਗੁਰੂ ਰੁਸਤਾ ਤੇ ਢੋਈ ਨਹੀਂ ਹੁੰਦੀ ਰੱਬ ਤਾਂ ਮਨਾਇਆ ਜਾ ਸਕਦਾ ਪਰ ਦਿਲ ਟੁੱਟ ਜਾ ਕਰਕੇ ਨਹੀਂ ਟੁੱਟਦਾ ਕਾਬਾ ਢਹਿ ਜਾ ਬਣਾਇਆ ਜਾ ਸਕਦਾ ਆਪਣਾ ਯਾਰ ਹੀ ਬਸ ਉਹਨਾਂ ਨੇ ਮਨਾਇਆ ਉਹਨਾਂ ਨੇ ਕਿਹਾ ਕਿ ਆਪਣੇ ਮੇਰਾ ਯਾਰ ਮਰ ਜਾ ਬੁੱਢਾ ਭੁੱਲਾ ਪੀਰ ਵੱਲੋਂ ਦਿਲ ਵਿੱਚ ਗੈਰ ਤਿਆਈ ਕਿਹੜਾ ਢੰਗ ਬਣਾਉਣਾ ਯਾਰੋ ਮੇਰੀ ਜਿਸ ਵਿੱਚ ਹੋ ਗਏ ਰਸਾਈ ਜੇ ਮੇਰਾ ਯਾਰ ਮੰਨੇ ਤੇ ਮੈਂ ਜੱਗ ਤੇ ਰਹਿ ਸਾ ਨਹੀਂ ਤੇ ਜੀਵਨ ਮੂਲ ਮੈਂ ਕਾਈ ਬੁੱਲੇ ਪਾਰ ਦਵਾਸ ਤੁਹਿਫਾ ਵਾਲਾ ਤੇ ਪੈਰੀ ਝਾਂਜਰ ਪਾਈ ਦਰ ਯਾਰ ਦਰ ਮੁਰਸ਼ਦ ਤੇ ਜਾ ਕੇ ਬੁੱਲੇ ਦਿੱਤੀ ਇਹ ਦਵਾਈ ਘੁੰਗਣ ਚੁੱਕ ਹੋਏ ਸਜਣੇ ਨੂੰ ਸ਼ਰਮਾ ਕਰਨ ਇਸ ਵਾਸਤੇ ਕਲਾ ਕੇ ਜਦੋਂ ਮਾਰੀ ਸੀ ਅੱਡੀ ਤਦੋਂ ਮਿਲ ਗਿਆ ਪੀਆ ਤੇਰੇ ਇਸ਼ਕ ਨਜਾਇਆ ਕਰ ਥਈਆ ਥਈਆ ਖੁਸ਼ ਹੋਏ ਕਹਿਣ ਲੱਗੇ ਬੁੱਲਾ ਹੈ ਨਹੀਂ ਜ਼ਰੂਰ ਮੈਂ ਬੁੱਲਾ ਹੈ ਕਹਿਣ ਲੱਗੇ ਜਾ ਤੂੰ ਫਿਰ ਹੁਣ ਬੁੱਲਾ ਨਹੀਂ ਤੇਰੀ 12 ਸਾਲ ਕੰਜਰਾਂ ਦੀ ਸੇਵਾ ਕੀਤੀ ਹੋਗੀ ਤੇਰੀ ਬੰਦਗੀ ਵਿੱਚ ਮਨਜ਼ੂਰ ਹੋ ਗਈ ਤੇ ਬੁੱਢੇ ਨੇ ਕਿਹਾ ਉਹਦਾ ਲੱਭ ਨਹੀਂ ਰੁਸਦਾ ਸੋਹਣਾ ਬਦੀ ਪਰ ਜਿਹਨੂੰ ਯਾਦ ਮਨਾਉਣ ਦਾ ਚੱਜ ਹੋਵੇ ਉਹਦਾ ਨੱਚਣਾ ਦੀ ਇਬਾਦਤ ਹੋ ਜਾਂਦਾ ਯਾਰਾ ਨੱਚਣ ਦਾ ਜੀ ਨੂੰ ਵੱਜ ਯਾਦ ਆ ਗਈ ਜਿਹੜੀ ਮੇਰੇ ਕਪਿਲ ਸ਼ਰਮੇ ਨੇ ਕਰਦਾ ਸਾ ਉਹਨੇ ਉਮਰ ਦੇ ਲਿਹਾਜ਼ ਨਾਲ ਵੀ 85 ਸਾਲ ਦੀ ਉਮਰ ਹੋ ਗਈ ਤੇ ਘੜੀ ਮੈਨੂੰ ਉੱਠਣਾ ਪਹਿਲਾਂ ਬੜੀ ਮੁਸ਼ਕਲ ਹੈ ਤੇ ਮੈਨੂੰ ਤਾਂ ਗੱਲ ਯਾਦ ਆਈ ਹੈ ਤੇ ਮੈਨੂੰ ਮੁੰਡਾ ਇੱਕ ਮੇਰਾ ਸ਼ਗਨ ਸੀ ਕਹਿੰਦਾ ਮੇਰੇ ਵਿਆਹ ਤੇ ਜ਼ਰੂਰ ਆਇਆ ਮੈਂ ਬੰਬੇ ਸਾਹ ਦਿੱਲੀ ਆ ਗਿਆ
आया तो मैं क्या बैठे मैं तो बड़ा ना थके आया है तो मैंने मैं तो कहना मैं कहीं आराम करना है तो मैंने कहने पापा जी तुसी इधर बैठते आओ ठंड दे दिन से मैं लोड़ी दे लागे तो बहुत ठंड सी तो मैंने बेसरा नमा ही पा दिता तो मैं जाकर जाए जी तो दसा पंद्रह मिनट च गर्म की थी वो फिर मेरे को आ गए मैंने कहते पापा जी तो बंदे इतने परौने चार पाँच होर आ गए लेकिन मंजी नहीं कितने मिलनी तुम इतने छोटी मंजी से आ जाओ अज पहला बिस्तरा गर्म किया निकी मंजी से बिस्तरा पाता मैं फिर उठ के चला गया बिस्तरा वो भी नवा पाया सो भी ठंडा सी दसा के मिनट पंद्रह च मैं गर्म किया फिर आ गया तो महाराज जी कई सारे गुरु और साध लोग पापा जी छोटी मंजी बहुत बुरी लगती है वे मजे से आओ उन्होंने बिस्तरा फिर नवा पा दिता अजय दो ही तैयारियां गर्म की चलो तीसरी तो फिर चला गया मैं क्या पुत मेरी गल सुनो अगे दसो मैं क्या मेरे सौन दो कि बिस्तर ही गर्म मैं बारे से कल उठा दे तो कल मैं भाई चलो कुछ चीजें दा दे कंपनी मैं एक बार लीला आ रहे को चला गया तो राम लीला खेलन दा सब बड़ा बड़ा मैं ये भी सोच रहा भी जरा जरा कोई ना मेरे खलोते इतने लै आओ तो मैंने एक बार ने गल याद आ गई अमित नु गल है ना जिस वे राम ने कोल श्री रामचंद्र ने तो उन्हें आख्या महाराज जी पंडित जी छो लड़ाई झगड़े में सीता वापस मोड़ दो की रहना लड़ाई छो पर युद्ध ना छो की करना वो कहता भरावा एक ही बंदा सी तुहाडे च जिहड़ा साडी लंका सार के चला गया खड़ा है सामने अंग तेरे जोर अपना अजमा दे तू और भी सूला रह गया कोई उसको भी बना दे तू ये को रहता जिसे सदना और मेरे को कहना है जलवा घरों ने गैर का जहर दीदार देखा
जो पर्दा निशी पर्दे में था उसे बेनकाब देखो। चलो ये भगती है बदली है। देखो लिखते सर कौन कहता है, कौन कहता है पत्थर नहीं सुनता फरियाद किसी की, मिट नहीं जाती बर्बाद किसी की, जो कीती है ना वो मिलती है। इस वास्ते में जे करा के जो खोजी खोज अगेरे तो इलम भी परे परे ने, क्यों इनू करा गे तो ता फिर जाना है, नहीं तो रस्ता नहीं मुकदा तो राह ही मुकद। जे गुरुआ को जावे गुर मिल कैसे गुनी कहाए, जब कर गुर करके पास सकलावे तब गुनी जन गुनी कहा, गुनी जन ने मेरा गए तो फिर कुछ बनते कि गुरुआ नु मिले बनता है। हाँ जी कबीर जी कहते कबीर संतन में पार सुने बनो अंतरा जान। कबीर साहब लिखते हैं कबीर संतन में पास में बनो अंतरा जान है, पास लोहे कंचन करे संत आप सुने। कबीर जी कहते हैं पास लोहे में लगा के सोना बन जाता, लेकिन पास से पारसी है ना, जो गुरुआ के नाम मिल गया है वो गुरु बन जाता। क्यों गुरु नानक पातशाह के नाम को लेना गया तो पूछा की रहा तेरा, कह लगे तो कहते लेना है, कहता तू लेना है तो सख्त देना है। उन्होंने जबी में चला गया अपने आंधे ने लगाया तो गुरु ही बुलाता है, तो ही बुला जब गुरुआ ने मिले तो गुरु के नाम ता ही मिलता है, फिर मेहनत की फिर कदारा नहीं जाए। क्यों कि समुद्र में कदरा निकल जाएगा ना, जब खड़ दोगे तो फिर समुद्र की बात है, फिर दिखते समुद्र है। गुरुआ ने मिलोगे तो फिर कुछ बनना है।